असी खड़े हाँ उसी और एयरपोर्ट रोड के उत्ते जिथे कई एक्सीडेंट हो के लोग अपनिया जाना गवा चुके हैं। तुहानू दस दी कि कुछ दिन पहला इसी रोड के उत्ते मां धी की एक सड़क हादसे के दर्दनाक मौत हो गई सी और हुण पुलिस ने तेज रफ्तारी ते शिकंजा कसण वास्ते रात नू चलण वाले नाइट विजन कैमरे मंगवाए ने। तुहानू दस दिए कि इस कैमरे की टैसटिंग जिहड़ी आ ਉਹ ਐਸ ਪੀ ਮੋਹਾਲੀ ਗੁਰਜੇਤ ਸਿੰਘ ਕਲੇਰ ਵੱਲੋਂ ਕੀਤੀ ਜਾ ਰਹੀ ਆ। ਤੁਹਾਨੂੰ ਕੁਝ ਤਸਵੀਰਾਂ ਦਿਖਾਉਣੀਆਂ ਚਾਹੂੰਗਾ, ਮੈਂ ਕੈਮਰਾਮੈਨ ਕਹੂੰਗਾ ਤਸਵੀਰਾਂ ਘੁਮਾ ਕੇ ਦਿਖਾਵੇ। ਤੁਸੀਂ ਦੇਖ ਸਕਦੇ ਹੋ ਕਿ ਇਹ ਏਅਰਪੋਰਟ ਰੋਡ ਆ ਔਰ ਇੱਥੇ ਕਿੰਨੀਆਂ ਗੱਡੀਆਂ ਕਿੰਨੀ ਰਫ਼ਤਾਰ ਦੇ ਨਾਲ ਨਿਕਲ ਰਹੀਆਂ ਨੇ, ਕਿਸੇ ਦਾ ਕੋਈ ਕੰਟਰੋਲ ਨਹੀਂ ਆ ਔਰ ਜਿਹਦੀ ਵਜ੍ਹਾ ਨਾਲ ਇੱਥੇ ਅਕਸਰ ਹਾਦਸੇ ਹੁੰਦੇ ਨੇ। ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਕੱਟ ਆ ਬਲਾਈਂਡ ਮੋੜ ਆ, ਇੱਥੇ ਜਦੋਂ ਗੱਡੀਆਂ ਤੇਜ਼ ਰਫ਼ਤਾਰ ਆਉਂਦੀਆਂ ਨੇ ਤਾਂ ਅੱਗੇ ਬਲਾਈਂਡ ਕੱਟ ਹੋਣ ਕਰਕੇ ਇੱਕ ਸੱਪ ਵਰਗੀ ਸ਼ੇਪ ਬਣਦੀ ਆ, ਜਿੱਥੇ ਅਨਬੈਲੈਂਸ ਹੋ ਕੇ ਪਰਫੈਕਟ ਤੋਂ ਪਰਫੈਕਟ ਡਰਾਈਵਰ ਵੀ ਗੱਡੀ ਤੋਂ ਆਪਣਾ ਬੈਲੈਂਸ ਗੁਆ ਬੈਠਦਾ ਵਾ, ਜਿਸ ਦੀ ਵਜ੍ਹਾ ਨਾਲ ਕਈ ਇੱਥੇ ਐਕਸੀਡੈਂਟ ਹੋ ਚੁੱਕੇ ਨੇ। ਜਦੋਂ ਫੈਕਟ ਨਿਊਜ਼ ਨੇ ਪ੍ਰਮੁੱਖਤਾ ਦੇ ਨਾਲ ਇਸ ਖਬਰ ਨੂੰ ਦਿਖਾਇਆ ਸੀ ਤਾਂ ਜਿਸ ਕਾਰਵਾਈ ਕਰਦੇ ਹੋਏ ਐਸ ਐਸ ਪੀ ਮੋਹਾਲੀ ਵੱਲੋਂ ਨਿਰਦੇਸ਼ ਦਿੱਤੇ ਗਏ ਸਨ ਔਰ ਹੁਣ ਪੁਲਿਸ ਵੱਲੋਂ ਪਹਿਲਾਂ ਜਿਹੜਾ ਦਿਨ ਵਿੱਚ ਰਡਾਰ ਵਾਲੇ ਕੈਮਰੇ ਸੀਗੇ ਉਹ ਚੱਲਦੇ ਸਨ ਪਰ ਹੁਣ ਰਾਤ ਨੂੰ ਚੱਲਣ ਵਾਲੇ ਕੈਮਰੇ ਮੰਗਾਏ ਨੇ। ਜਿਹੜਾ ਵਿਅਕਤੀ ਓਵਰ ਸਪੀਡਿੰਗ ਕਰਦਾ ਪਾਇਆ ਗਿਆ ਉਸਦੇ ਰਾਤ ਨੂੰ ਵੀ ਕੈਮਰੇ ਫੋਟੋ ਖਿੱਚ ਕੇ ਉਹਦੇ ਘਰੇ ਚਲਾਨ ਭੇਜ ਦੇਣਗੇ। ਉਹ ਤੁਹਾਨੂੰ ਦੱਸਦੀ ਹੈ ਇਸ ਤੋਂ ਇਲਾਵਾ ਜਿਹੜਾ ਇਹ ਚਲਾਨ ਆ ਔਨਲਾਈਨ ਤੁਹਾਡੇ ਘਰ ਪਹੁੰਚੂਗਾ, ਜਿਸ ਨਾਲ ਕਾਫੀ ਹੱਦ ਤੱਕ ਲੋਕ ਆਪਣੀ ਸਪੀਡ ਤੇ ਕੰਟਰੋਲ ਰੱਖ ਪਾਣਗੇ। ਇਹ ਜਿਹੜਾ ਅਹਿਮ ਉਪਰਾਲਾ ਵਾ ਇਹ ਚੰਡੀਗੜ੍ਹ ਤੋਂ ਬਾਅਦ ਇਹ ਮੋਹਾਲੀ ਪੁਲਿਸ ਵੱਲੋਂ ਪਹਿਲੀ ਵਾਰ ਕੀਤਾ ਗਿਆ ਵਾ। ਅੱਜ ਸਰ ਤੁਸੀਂ ਏਅਰਪੋਰਟ ਚੌਂਕ ਤੇ ਨਾਈਟ ਵਿਜ਼ਿਟ ਕੈਮਰਾ ਦੀ ਤੁਸੀਂ ਟੈਸਟਿੰਗ ਵਾਸਤੇ ਆਏ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਜਿਹੜਾ ਜੀ ਮੋਹਾਲੀ ਟ੍ਰੈਫਿਕ ਪੁਲਿਸ ਹੈਗੀ ਹੈ ਇਹ ਇਸ ਵੇਲੇ ਅਸੀਂ ਓਵਰ ਸਪੀਡਿੰਗ ਨੂੰ ਲੈ ਕੇ ਇੱਕ ਬਹੁਤ ਹੀ ਸਖਤ ਕਾਰਵਾਈ ਚੁੱਕ ਰਹੇ ਹਾਂ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਓਵਰ ਸਪੀਡਿੰਗ ਦੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਡੈਥਸ ਹੋ ਰਹੀਆਂ ਨੇ ਔਰ ਇੱਕ ਸਟੱਡੀ ਦੇ ਮੁਤਾਬਕ ਹਰ 36 ਘੰਟੇ ਦੇ ਵਿੱਚ ਮੋਹਾਲੀ ਵਿੱਚ ਇੱਕ ਰੋਡ ਐਕਸੀਡੈਂਟ ਕਰਕੇ ਡੈਥ ਹੋ ਰਹੀ ਹੈ। ਸੋ ਓਵਰ ਸਪੀਡਿੰਗ ਤੇਜ਼ ਰਫ਼ਤਾਰੀ ਜਿਹੜੀ ਹੈ ਉਹ ਆਤਮ ਹੱਤਿਆ ਦੀ ਤਿਆਰੀ ਹੈ, ਇਹ ਸਿਰਫ ਆਪਣੀ ਖੁਦ ਦੀ ਨਹੀਂ ਲੇਕਿਨ ਜਿਹੜੀਆਂ ਦੂਜੀਆਂ ਜਿਹੜੇ ਵਾਹਨ ਜਾ ਰਹੇ ਨੇ ਜਿਹੜੇ ਦੂਜੇ ਲੋਕ ਜਾ ਰਹੇ ਨੇ ਉਹਨਾਂ ਲਈ ਵੀ ਇੱਕ ਘਾਤਕ ਸਿੱਧ ਹੁੰਦਾ ਅਤੇ ਬਹੁਤ ਸਾਰੀਆਂ ਜਾਨਾਂ ਬਰਬਾਦ ਹੁੰਦੀਆਂ ਨੇ। ਇਸ ਕਰਕੇ ਅਸੀਂ ਤੁਸੀਂ ਜਿਵੇਂ ਦੇਖ ਰਹੇ ਹੋ ਕਿ ਪਿੱਛੇ ਇਹ ਅਸੀਂ ਨਾਈਟ ਸਪੀਡਿੰਗ ਦਾ ਲਾਇਆ ਹੋਇਆ ਔਰ ਇਹਦੇ ਰਾਹੀਂ ਅਸੀਂ ਹੁਣ ਇਹਨੂੰ ਟੈਸਟਿੰਗ ਵੀ ਕਰ ਰਹੇ ਹਾਂ ਔਰ ਜਿੰਨੀਆਂ ਵੀ ਕਾਰਸ ਨੇ ਜਾਂ ਜਿੰਨੇ ਵੀ ਵਾਹਨ ਤੇਜ਼ ਰਫ਼ਤਾਰ ਨਾਲ ਇਸ ਵੇਲੇ ਜਾ ਰਹੇ ਨੇ ਉਹਨਾਂ ਦੇ ਚਲਾਨ ਕਰਕੇ ਉਹਨਾਂ ਨੂੰ ਇੰਪਾਊਂਡ ਵੀ ਕਰਾਂਗੇ। ਅਤੇ ਸਰ ਇਹ ਜਿਹੜੀ ਸਕਿਉਰਟੀ ਪਲੇਟਰ ਹੈ ਨਾਈਟ ਵਾਸਤੇ ਡੇ ਦੋਨਾਂ ਵਾਸਤੇ ਯੂਜ਼ ਹੋਊਗੀ? ਹਾਂਜੀ, ਇਹ ਜਿਹੜੀ ਮਸ਼ੀਨ ਹੈ ਇਹ ਦੋਨਾਂ ਵਾਸਤੇ ਯੂਜ਼ ਹੋਏਗੀ, ਦਿਨ ਵੇਲੇ ਵੀ ਯੂਜ਼ ਹੋਏਗੀ ਔਰ ਰਾਤ ਵੇਲੇ ਵੀ ਯੂਜ਼ ਹੋਏਗੀ ਔਰ ਜਿਹੜੀ ਟ੍ਰੈਫਿਕ ਪੁਲਿਸ ਮੋਹਾਲੀ ਹੈ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੂੰ ਟ੍ਰੇਨ ਕੀਤਾ ਜਾਏਗਾ, ਜਿਹੜੇ ਆਲਰੇਡੀ ਆਪਣੀ ਡਿਊਟੀ ਨੂੰ ਬਹੁਤ ਦਿਲ ਨਾਲ ਕਰ ਰਹੇ ਨੇ, ਜਿਹਨੂੰ ਸ਼ਲਾਘਾਯੋਗ ਐਫਰਟ ਕਰ ਰਹੇ ਨੇ ਔਰ ਅਸੀਂ ਮਿਲ ਕੇ ਇਸ ਮੁਹਿੰਮ ਨੂੰ ਚਲਾਵਾਂਗੇ ਤਾਂ ਕਿ ਓਵਰ ਸਪੀਡਿੰਗ ਨੂੰ ਅਸੀਂ ਕਾਬੂ ਕਰ ਸਕੀਏ। ਮੋਹਾਲੀ ਤੋਂ ਫੈਕਟ ਨਿਊਜ਼ ਲਈ ਸੁੰਦਰ ਸੱਤੀ ਦੇ ਨਾਲ ਮੈਂ ਜਿੰਦਰ ਸਭਰਵਾਲ ਮੋਹਾਲੀ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।